ਬੋਲ ਕਰ ਰਿਹਾ ਸੀ ਮੈਂ ਨਾ ਬੋਲਾਂ, ਪਰ ਅੱਜ ਕਾਂਗਰਸੀਆਂ ਨੇ ਆਪਣੀ ਔਕਾਤ ਦਿਖਾਤੀ। ਮੈਂ ਬਹੁਤ ਇੱਜ਼ਤ ਕਰਦਾ ਸੀ, ਅੱਜ ਮੇਰੇ ਫਾਦਰ ਸਾਹਿਬ ਨੂੰ ਘੇਰ ਕੇ ਇਹਨਾਂ ਨੇ ਗਾਲਾਂ ਕੱਢੀਆਂ, ਮੇਰੇ 'ਤੇ ਹੱਥ ਚੁੱਕਿਆ, ਭਾਜੀ ਮੇਰੇ ਪਾਪਾ ਦੇ ਹੱਥ ਚੁੱਕਿਆ, ਜਿਹੜਾ ਮੈਂ ਬਰਦਾਸ਼ਤ ਨਹੀਂ ਕਰਾਂਗਾ। ਇੱਕ ਇੱਥੇ ਰਾਮਪਾਲ ਹੈਗਾ ਜਿਹਨੂੰ ਮੁਹੱਲੇ 'ਚ ਕੀ ਪੈਂਚ ਕਰਦੇ ਨਹੀਂ, ਮੂੰਹ ਲਾ ਕੇ ਖੁਸ਼ ਰਾਮਪਾਲ, ਉਹਦੀ ਫੋਟੋ ਦਿਖਾਓ ਕੱਢ ਕੇ ਜੇ ਕੋਈ ਹੈਗਾ ਰਾਮਪਾਲ, ਇਹਦੇ ਸ਼ਹਿਰ 'ਚ ਪੂਰਾ ਜਲੂਸ ਕੱਢੀਏ। ਰਾਮਪਾਲ ਬਹੁਤ ਇੱਜ਼ਤ ਕਰਦਾ ਸੀ ਮੈਂ ਇਹਨਾਂ ਦੀ, ਮੈਂ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ। ਮੈਂ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਦੱਸਣ ਲੱਗਾ, ਮੇਰੇ ਡੈਡੀ ਇਲੈਕਸ਼ਨਾਂ 'ਚ ਖੜੇ ਸੀਗੇ, ਮੇਰੇ ਘਰ ਕਲੇਸ਼ ਚੱਲਿਆ ਸੀ, ਮੈਂ ਪੋਲੀਟਿਕਸ 'ਚ ਨਹੀਂ ਆਇਆ। ਇਹਨਾਂ ਹਰਾਮਦਿਆਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਮੁੰਡੇ ਨੇ ਆਪਣੇ ਪਿਓ ਦਾ ਪੋਲੀਟਿਕਸ ਦੇ ਵਿੱਚ ਸਾਥ ਨਹੀਂ ਦਿੱਤਾ, ਅੱਜ ਉਹਨੂੰ ਮਿਲਿਆ ਕੀ? ਮਿਲਿਆ ਤਮਾਸ਼ਾ ਥੱਪੜ, ਆਹ ਕੱਪੜੇ ਪਾੜੇ ਇਹਨਾਂ ਨੇ, ਕੱਪੜੇ ਪਾੜ ਕੇ ਅੱਜ ਅਨਮੋਲ ਕਵਾਤਰਾ ਇੱਥੋਂ ਹਿੱਲੂਗਾ ਨਹੀਂ। ਜਿੰਨੇ ਮੈਨੂੰ ਪਿਆਰ ਕਰਨ ਵਾਲੇ, ਮੈਨੂੰ ਤਾਂ ਛੱਡੋ ਪੈ ਜਾਓ, ਮੈਨੂੰ ਕੀ ਪਿਆਰ ਕਰਨਾ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ। ਸ਼ਿਵਪੁਰੀ ਇਲਾਕਾ ਅੰਬਰ ਸਵੀਟਸ ਦੇ ਕੋਲ ਮੈਂ ਬੈਠਾ ਰੋਡ ਤੇ, ਜਦੋਂ ਤੱਕ ਇਹ ਬੰਦੇ ਅੱਜ ਮੇਰੇ ਬਾਬਾ ਦੇ ਹੱਥ ਚੱਕੇ, ਇਸ ਕਰਕੇ ਕਿ ਅਨਮੋਲ ਆਊਗਾ ਵਿੱਚ, ਅਨਮੋਲ ਤਾਂ ਆਊਗਾ, ਉਹਦੇ ਪਿਓ ਦੀ ਇੱਜ਼ਤ ਹੈ। ਔਰ ਮੈਨੂੰ ਲੋਕ ਕਹਿੰਦੇ ਤੇਰੀ ਇੱਜ਼ਤ ਤੇ ਖਰਾਬ ਹੋ ਰਹੀ ਹੈ, ਮੈਂ ਮਰਨਾ ਪਸੰਦ ਕਰਾਂਗਾ ਇਸ ਤੋਂ ਪਹਿਲਾਂ ਮੇਰੀ ਇੱਜ਼ਤ ਖਰਾਬ ਹੋਣ ਤੋਂ ਪਹਿਲਾਂ। ਮੇਰੇ ਇਹਨਾਂ ਨੇ ਮੇਰੇ ਪਾਪਾ ਨੇ ਮੈਨੂੰ ਔਰ ਮੈਨੂੰ ਮਾਰਨ ਦੀ ਧਮਕੀ ਦਿੱਤੀ, ਕਹਿੰਦੇ ਤੈਨੂੰ 2 ਦਿਨਾਂ ਦੇ ਵਿੱਚ ਜਾਨੋ ਮਾਰ ਦੇਣਾ। ਕਿਹਨਾਂ ਨੇ ਧਮਕੀ ਦਿੱਤੀ, ਮਾਮਲਾ ਕੀ ਹੈ? ਰਾਮਪਾਲ ਹੈਗਾ ਸਾਰਿਆਂ ਦੇ ਸਾਹਮਣੇ, ਕਹਿੰਦਾ ਅਨਮੋਲ 2 ਨੰਬਰ ਦਾ ਕੰਮ ਕਰਦਾ, ਅਨਮੋਲ ਪੈਸੇ ਲੱਗਿਆ ਕਿ ਛੋਟੇ ਜਿਹੇ ਹੈਗੇ, ਉਹਨੂੰ ਦਬਾਉਣ ਤੋਂ ਡਰ ਗਏ, ਹਾਲ ਤੱਕ ਉੱਥੋਂ ਨਹੀਂ ਉੱਠਣਗੇ ਜਦੋਂ ਤੱਕ ਬੈਠੋ ਬੈਠੋ, ਕੋਈ ਚੱਕਰ ਨਹੀਂ।